ਅੱਜ ਅਸੀਂ ਇੱਥੇ ਪਿੰਡ ਸ਼ਾਲਾਪੁਰ ਦੁੱਨਾ ਦੇ ਵਿੱਚ ਆਏ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਲਲਿਤ ਸਲਕਾਨੀ ਜੀ, ਉਹਨਾਂ ਨੇ ਆਪਣੇ ਬੰਧਨ ਮੁਕਤ ਫੰਡ ਦੇ ਵਿੱਚੋਂ ਇਹ ਗਲੀ ਵਾਸਤੇ 5 ਲੱਖ ਰੁਪਈਆ ਦਿੱਤਾ ਸੀ, ਜਿਹੜਾ ਨਗਰ ਨਿਵਾਸੀਆਂ ਨੇ ਬਹੁਤ ਹੀ ਖੂਬਸੂਰਤ ਅਤੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਬਣਾਇਆ, ਅਤੇ ਉਹਦਾ ਅਸੀਂ ਉਦਘਾਟਨ ਕਰਨ ਲਈ ਸੰਗਤ ਨੇ ਬੁਲਾਇਆ ਸੀਗਾ। ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਔਰ ਇਸੇ ਤਰ੍ਹਾਂ ਹੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ, ਜਿਹੜੇ ਵਿਕਾਸ ਦੇ ਕੰਮ ਨੇ ਉਹ ਲਗਾਤਾਰ ਜਾਰੀ ਨੇ, ਔਰ ਰੋਜ਼ ਕੁਛ ਨਾ ਕੁਛ ਸਿਸਟਮ ਨੂੰ ਬਿਹਤਰ ਕਰਨ ਵਾਸਤੇ ਕੰਮ ਕੀਤੇ ਜਾ ਰਹੇ ਨੇ। ਸੋ ਇਹ ਜਿਹੜਾ ਇਸੇ ਤਰ੍ਹਾਂ ਲਗਾਤਾਰ ਨਿਰੰਤਰ ਜਿਹੜੇ ਨੇ ਕੰਮ ਚੱਲਦੇ ਰਹਿਣਗੇ, ਅਤੇ ਮੈਂ ਜਿੱਥੇ ਮੈਡਮ ਲਲਿਤ ਜੀ ਦਾ ਧੰਨਵਾਦੀ ਹਾਂ, ਉੱਥੇ ਨਗਰ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਇੱਥੇ ਬੁਲਾਇਆ ਅਤੇ ਪਿੰਡ ਲਈ ਇਹ ਕੰਮ ਜਿਹੜਾ ਉਹਦੇ ਵਿੱਚ ਉੱਦਮ ਕਰਕੇ ਕੰਮ ਕਰਵਾਇਆ। ਦੇਖੋ ਕਈ ਕਿਸਮ ਦੇ ਕੰਮ ਚੱਲ ਰਹੇ ਨੇ, ਜਿਸ ਤਰ੍ਹਾਂ ਮੁਹੱਲਾ ਕਲੀਨਿਕ ਹੈ, ਤਕਰੀਬਨ ਸਾਡੇ ਹਲਕੇ ਦੇ ਵਿੱਚ, ਮੇਰੇ ਸੁਲਤਾਨਪੁਰ ਹਲਕੇ ਦੇ ਵਿੱਚ 6 ਮੁਹੱਲਾ ਕਲੀਨਿਕ ਆ ਚੁੱਕੇ ਨੇ, ਜਿਹੜੇ ਮਤਲਬ ਆਮ ਆਦਮੀ ਕਲੀਨਿਕ ਜਿਹੜੇ ਨੇ। ਸਕੂਲਾਂ ਦੀ ਖੁੱਲ੍ਹੇ ਫੰਡ ਦਿੱਤੇ ਜਾ ਰਹੇ ਨੇ ਔਰ ਉਹਨਾਂ ਦੀ ਜਿਹੜੀ ਹੈ ਹਾਲਤ ਸੁਧਾਰੀ ਜਾ ਰਹੀ ਹੈ, ਪੜ੍ਹਾਈ ਵਿੱਚ ਇੰਪਰੂਵਮੈਂਟ ਹੋਈ ਹੈ, ਸਿਹਤ ਸਹੂਲਤਾਂ ਦੇ ਵਿੱਚ ਇੰਪਰੂਵਮੈਂਟ ਹੋਈ ਹੈ। ਬਾਕੀ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਚੰਗੀ ਪੱਧਰ 'ਤੇ ਸ਼ੁਰੂ ਹੋ ਜਾਣਗੇ, ਔਰ ਹੁਣ ਵੀ ਹੋ ਰਹੇ ਨੇ ਪਰ ਬਹੁਤ ਜ਼ਿਆਦਾ ਤੇਜ਼ੀ ਲਿਆਈ ਜਾਊਗੀ, ਤਾਂ ਕਿ ਜਿਹੜੇ ਪਿੰਡ ਨੇ, ਹਰ ਇੱਕ ਪਿੰਡ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਹੈ, ਚਾਹੇ ਉਹ ਛੱਪੜ ਦਾ ਕੰਮ ਹੈ, ਚਾਹੇ ਕੋਈ ਉਹ ਧਰਮਸ਼ਾਲਾ ਹੈ, ਚਾਹੇ ਕੋਈ ਪੰਚਾਇਤ ਘਰ ਹੈ, ਚਾਹੇ ਗਲੀਆਂ ਨਾਲੀਆਂ, ਇਹ ਤੇ ਬੜੇ ਮਾਮੂਲੀ ਕੰਮ ਨੇ ਜਿਹੜੇ ਇਹ ਕਰਨ ਵਾਲੇ ਨੇ। ਸੋ ਇਹਨਾਂ ਨੂੰ ਵੀ ਕਰਕੇ ਉਸ ਤੋਂ ਬਾਅਦ ਜਿਹੜਾ ਅੱਗੇ ਬੱਚਿਆਂ ਦਾ ਭਵਿੱਖ ਸੁਧਾਰਨ ਲਈ ਐਜੂਕੇਸ਼ਨ, ਹੈਲਥ, ਇਹਨਾਂ ਕੰਮਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਊਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਫੰਡਾਂ ਦੀ ਕੋਈ ਘਾਟ ਨਹੀਂ ਰਹੂਗੀ। ਸਭ ਤੋਂ ਪਹਿਲਾਂ ਮੈਂ ਪਿੰਡ ਵਾਸੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਨਾ ਸਾਥ ਦਿੱਤਾ ਕਿ ਜੋ ਵੀ ਚੀਜ਼ਾਂ ਚਾਹੀਦੀਆਂ ਸੀ, ਜੋ ਇੱਥੇ ਵੀ ਡਿਊਟੀਆਂ ਚਾਹੀਦੀਆਂ ਸੀ, ਉਹਨਾਂ ਨੇ ਆਪਣੀਆਂ ਬਖੂਬੀ ਨਿਭਾਈਆਂ। ਮੈਂ ਕਿਉਂਕਿ ਜਿਹੜੀ ਜਿਹੜੇ ਲੋਕ ਹੁੰਦੇ ਆ, ਜਨਤਾ ਹੁੰਦੀ ਏ, ਉਹ ਜੇ ਆਪਣਾ ਸਾਥ ਦੇਵੇ ਤੇ ਆਪਣਾ ਕੋਈ ਵੀ ਕੰਮ ਰੁਕ ਨਹੀਂ ਸਕਦਾ, ਤੇ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਮੈਂ ਆਪਣੇ ਚੇਅਰਪਰਸਨ ਮੈਮ ਲਲਿਤ ਸਖਲਾਨੀ ਜੀ ਦਾ, ਜਿਨ੍ਹਾਂ ਨੇ ਇੰਨੀ ਵੱਡੀ ਰਾਸ਼ੀ ਦੇ ਕੇ ਆਪਣੇ ਫੰਡ ਦੇ ਵਿੱਚੋਂ ਸਾਡੀ ਗਲੀ ਬਣਵਾਈ ਹੈ ਤੇ ਪਿੰਡ ਦੇ ਕਾਰਜ ਨੂੰ ਪੂਰਾ ਕੀਤਾ ਆ। ਧੰਨਵਾਦ ਕਰਦੀ ਹਾਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਜੀ ਦਾ, ਜਿਨ੍ਹਾਂ ਦੀ ਅਗਵਾਈ ਵਿੱਚ ਇਹ ਸਾਰਾ ਕੰਮ ਹੋਇਆ ਆ, ਤੇ ਮੈਂ BDPO ਮੈਮ ਦਾ, ਪੂਰੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਤੇ ਅਗੇਨ ਮੈਂ ਪਿੰਡ ਵਾਸੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਖੁਸ਼ੀ ਖੁਸ਼ੀ ਇਸ ਕੰਮ ਨੂੰ ਮੁਕੰਮਲ ਕਰਵਾਇਆ ਆ, ਤੇ ਅੱਗੇ ਤੋਂ ਵੀ ਇਦਾਂ ਹੀ ਸਾਡੇ ਪਿੰਡ ਦਾ ਆਪਸ ਵਿੱਚ ਬਹੁਤ ਸਾਰਾ ਪਿਆਰ ਹੈ, ਭਾਈਚਾਰਾ ਸਾਡੇ ਵਿੱਚ ਬਹੁਤ ਸਾਰਾ ਹੈ, ਕਿਉਂਕਿ ਕੋਈ ਵੀ ਕੰਮ ਸ਼ੁਰੂ ਕਰੀਏ ਤਾਂ ਸਾਰੇ ਇੱਕੋ ਦਮ ਡਟ ਕੇ ਖੜੇ ਹੋ ਜਾਂਦੇ ਨਾਲ ਕੰਮ ਕਰਵਾਉਣ ਲਈ। ਸੋ ਮੈਂ ਧੰਨਵਾਦ ਕਰਦੀ ਹਾਂ ਸਾਰਿਆਂ ਦਾ, ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਮੈਂ ਪਿੰਡ ਵਾਸੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਨਾ ਸਾਥ ਦਿੱਤਾ ਕਿ ਜੋ ਵੀ ਚੀਜ਼ਾਂ ਚਾਹੀਦੀਆਂ ਸੀ, ਜੋ ਇੱਥੇ ਵੀ ਡਿਊਟੀਆਂ ਚਾਹੀਦੀਆਂ ਸੀ, ਉਹਨਾਂ ਨੇ ਆਪਣੀਆਂ ਬਖੂਬੀ ਨਿਭਾਈਆਂ। ਮੈਂ ਕਿਉਂਕਿ ਜਿਹੜੀ ਜਿਹੜੇ ਲੋਕ ਹੁੰਦੇ ਆ, ਜਨਤਾ ਹੁੰਦੀ ਏ, ਉਹ ਜੇ ਆਪਣਾ ਸਾਥ ਦੇਵੇ ਤੇ ਆਪਣਾ ਕੋਈ ਵੀ ਕੰਮ ਰੁਕ ਨਹੀਂ ਸਕਦਾ,
ਤੇ ਤਹਿ ਦਿਲ ਤੋਂ ਧੰਨਵਾਦ ਕਰਦੀ ਆ ਮੈਂ ਆਪਣੇ ਚੇਅਰਪਰਸਨ ਮੈਮ ਲਲਿਤ ਸਖਲਾਨੀ ਜੀ ਦਾ, ਜਿਨ੍ਹਾਂ ਨੇ ਇੰਨੀ ਵੱਡੀ ਰਾਸ਼ੀ ਦੇ ਕੇ ਆਪਣੇ ਫੰਡ ਦੇ ਵਿੱਚੋਂ ਸਾਡੀ ਗਲੀ ਬਣਵਾਈ ਹੈ ਤੇ ਪਿੰਡ ਦੇ ਕਾਰਜ ਨੂੰ ਪੂਰਾ ਕੀਤਾ ਆ। ਧੰਨਵਾਦ ਕਰਦੀ ਆ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਜੀ ਦਾ, ਜਿਨ੍ਹਾਂ ਦੀ ਅਗਵਾਈ ਵਿੱਚ ਇਹ ਸਾਰਾ ਕੰਮ ਹੋਇਆ ਆ। ਤੇ ਮੈਂ BDPO ਮੈਮ ਦਾ, ਪੂਰੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਆ, ਤੇ ਅਗੇਨ ਮੈਂ ਪਿੰਡ ਵਾਸੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਖੁਸ਼ੀ ਖੁਸ਼ੀ ਇਸ ਕੰਮ ਨੂੰ ਮੁਕੰਮਲ ਕਰਵਾਇਆ ਆ। ਤੇ ਅੱਗੇ ਤੋਂ ਵੀ ਏਦਾਂ ਹੀ ਸਾਡੇ ਪਿੰਡ ਦਾ ਆਪਸ ਵਿੱਚ ਬਹੁਤ ਸਾਰਾ ਪਿਆਰ ਹੈ, ਭਾਈਚਾਰਾ ਸਾਡੇ ਵਿੱਚ ਬਹੁਤ ਸਾਰਾ ਹੈ, ਕਿਉਂਕਿ ਕੋਈ ਵੀ ਕੰਮ ਸ਼ੁਰੂ ਕਰੀਏ ਤਾਂ ਸਾਰੇ ਇੱਕੋ ਦਮ ਡਟ ਕੇ ਖੜੇ ਹੋ ਜਾਂਦੇ ਨਾਲ ਕੰਮ ਕਰਵਾਉਣ ਲਈ। ਸੋ ਮੈਂ ਧੰਨਵਾਦ ਕਰਦੀ ਹਾਂ ਸਾਰਿਆਂ ਦਾ, ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਮੈਂ ਪਿੰਡ ਵਾਸੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਨਾ ਸਾਥ ਦਿੱਤਾ ਕਿ ਜੋ ਵੀ ਚੀਜ਼ਾਂ ਚਾਹੀਦੀਆਂ ਸੀ, ਜੋ ਇੱਥੇ ਵੀ ਡਿਊਟੀਆਂ ਚਾਹੀਦੀਆਂ ਸੀ, ਉਹਨਾਂ ਨੇ ਆਪਣੀਆਂ ਬਖੂਬੀ ਨਿਭਾਈਆਂ। ਮੈਂ ਕਿਉਂਕਿ ਜਿਹੜੀ ਜਿਹੜੇ ਲੋਕ ਹੁੰਦੇ ਆ, ਜਨਤਾ ਹੁੰਦੀ ਏ, ਉਹ ਜੇ ਆਪਣਾ ਸਾਥ ਦੇਵੇ ਤਾਂ ਆਪਣਾ ਕੋਈ ਵੀ ਕੰਮ ਰੁਕ ਨਹੀਂ ਸਕਦਾ। ਤੇ ਤਹਿ ਦਿਲ ਤੋਂ ਧੰਨਵਾਦ।